Mama, ਬਾਈ ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਸਮੁੰਦਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਜਿਸ ਕਾਰਨ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਨਪ੍ਰੀਤ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਤੇ 6 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ, ਜੋ ਅਮਰੀਕਾ ਦੇ ਸਿਆਟਲ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ। ਅਤੇ 2 ਦਿਨ ਪਹਿਲਾਂ ਹੀ ਮਨਪ੍ਰੀਤ ਨੂੰ ਨਵੀਂ ਜਗ੍ਹਾ ਤੇ ਨੌਕਰੀ ਮਿਲੀ ਸੀ ਤੇ ਇਹ ਖਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਪਰ ਬੀਤੀ ਰਾਤ ਮਨਪ੍ਰੀਤ ਦੇ ਦੋਸਤ ਦਾ ਉਹਨਾਂ ਦੇ ਮਾਪਿਆਂ ਨੂੰ ਫੋਨ ਆਇਆ ਕਿ ਮਨਪ੍ਰੀਤ ਦੀ ਸਮੁੰਦਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਹੁਣ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਭਾਰਤ ਜਲਦੀ ਤੋਂ ਜਲਦੀ ਲਿਆਇਆ ਜਾਵੇ ਤਾਂ ਜੋ ਉਹ ਆਪਣੇ ਲਾਡਲੇ ਦਾ ਰੀਤ ਰਿਵਾਜ਼ਾਂ ਦੇ ਨਾਲ ਸੰਸਕਾਰ ਕਰ ਸਕਣ। ਇਸ ਖਬਰ ਨੂੰ ਸੁਣਨ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ। ਦੱਸਣਾ ਬਣਦਾ ਹੈ ਕਿ ਇਸ ਪਿੰਡ ਦੇ ਹੀ 2 ਦੋਸਤਾਂ ਦੀ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ 'ਚ ਟਰੱਕ ਦੁਰਘਟਨਾ 'ਚ ਮੌਤ ਹੋ ਗਈ ਸੀ ਅਤੇ ਪਿਛਲੇ 2 ਮਹੀਨਿਆਂ ਦੇ ਵਿੱਚ ਇਸ ਪਿੰਡ ਦੇ 4 ਨੌਜਵਾਨਾਂ ਦੀ ਵਿਦੇਸ਼ ਦੇ ਵਿੱਚ ਮੌਤ ਹੋ ਚੁੱਕੀ ਹੈ, ਜਿਸ ਦੇ ਵਿੱਚ 3 ਨੌਜਵਾਨ ਅਮਰੀਕਾ ਦੇ ਵਿੱਚ ਸਨ। ਮ੍ਰਿਤਕ ਨੌਜਵਾਨ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦਾ ਰਹਿਣ ਵਾਲਾ ਸੀ। ਤੁਹਾਡੇ ਬੇਟੇ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਏ ਨੂੰ ਔਰ ਕਿਸ ਤਰ੍ਹਾਂ ਦੀ ਹਾਦਸੇ 'ਚ ਮੌਤ ਹੋਈ? ਦੇਖੋ ਜੀ, ਉਹਨੂੰ ਗਏ ਨੂੰ 2019 ਦਾ ਗਿਆ ਸੀਗਾ ਜੀ, ਅਤੇ 22 ਸਾਲ ਉਹਦੀ ਉਮਰ ਹੋ ਗਈ ਅਤੇ 6-7 ਸਾਲ ਲੱਗਾ ਸੀ। ਤੁਹਾਨੂੰ ਕਦੋਂ ਪਤਾ ਲੱਗਦਾ ਕਿ ਬੇਟੇ ਨੇ ਇਸ ਤਰ੍ਹਾਂ ਹਾਦਸਾ? ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ। ਕੀ ਕਾਰਨ ਕੀ ਸੀਗਾ, ਕਿਸ ਤਰ੍ਹਾਂ ਹੋਈ? ਇਹ ਦੇਖੋ ਜੀ, ਰੈਸਟੋਰੈਂਟ 'ਚੋਂ ਕੰਮ ਤੋਂ ਆਏ ਸੀਗੇ, ਇੱਕ ਮੁੰਡਾ ਹੋਰ ਸੀ ਨਾਲ, ਅਤੇ ਨਹਾਉਣ ਗਏ ਸੀਗੇ ਅਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਅਤੇ ਉਹ ਫੋਨ ਕਰਨਾ ਪਿਆ, ਇਹਨੇ ਪਾਣੀ 'ਚ ਛਾਲ ਮਾਰਤੀ, ਪਾਣੀ ਡੂੰਘਾ ਸੀਗਾ ਅਤੇ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹਦੇ ਕੋਲ ਨਿਕਲਿਆ ਨਹੀਂ ਅਤੇ ਫਿਰ ਮਤਲਬ ਉਹਨੂੰ ਪੁਲਿਸ ਵਾਲੇ ਬੁਲਾਏ, ਪੁਲਿਸ ਵਾਲੇ ਬੁਲਾ ਕੇ ਅਤੇ ਫਿਰ ਮਤਲਬ ਪੁਲਿਸ ਵਾਲਿਆਂ ਨੇ ਕੱਢਿਆ। ਹਾਂਜੀ, ਰਾਤ ਪਤਾ ਲੱਗਾ। ਲਾਸਟ ਦੀ ਪਰਸੋਂ ਹੀ ਰਾਤ ਨੂੰ 11 ਵਜੇ ਡੇਲੀ ਫੋਨ ਆਉਂਦਾ ਸੀ ਰਾਤ ਨੂੰ, ਮਤਲਬ ਠੀਕ ਠਾਕ ਕੰਮ 'ਤੇ ਜਾਂਦਾ, ਠੀਕ ਠਾਕ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਅਤੇ ਰੈਸਟੋਰੈਂਟ 'ਚ ਕੰਮ ਜਾਂਦਾ ਸੀ। ਹਾਂਜੀ, ਹਾਂਜੀ, ਪੰਜਾਬ ਸਰਕਾਰ ਕੋਲ ਇਹੀ ਮੰਗ ਕਰਦੇ ਹਾਂ, ਮਤਲਬ ਸਾਡੀ ਡੈੱਡ ਬੋਡੀ ਸਾਨੂੰ ਮਿਲ ਜਾਣੀ ਚਾਹੀਦੀ ਹੈ। ਤੁਹਾਡਾ ਬੇਟੇ ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ? ਪਰਸੋਂ ਹੋਈ, ਕਹਿੰਦਾ ਮੰਮੀ ਮੈਂ ਰੈਸਟੋਰੈਂਟ 'ਚ ਲਾ ਕੇ ਹਾਂ, ਮੈਂ ਕੱਲ੍ਹ ਨੂੰ ਫੋਨ ਕਰੂੰਗਾ, ਹੁਣ ਮੈਂ ਬੀਜੀ ਹਾਂ, ਕੱਲ੍ਹ ਨਹੀਂ ਮੇਰੇ ਨਾਲ ਗੱਲ ਹੋਈ। ਪਰਸੋਂ ਹੋਈ 11:30 ਵਜੇ ਗੱਲ, ਉਹ ਤੋਂ ਬਾਅਦ ਕੱਲ੍ਹ ਨਹੀਂ ਫੋਨ ਆਇਆ, ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ, ਮਤਲਬ ਆਹ ਕੋਈ ਕੇਸ ਹੋ ਗਿਆ ਇਹਦਾ। ਤਾਂ ਅੱਜ ਮੁੜ ਕੇ ਮੈਨੂੰ ਇਹੋ, ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈੱਡ ਬੋਡੀ ਇੱਥੇ ਲਿਆ ਦਿਉ, ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ, ਉਹ ਮੇਰਾ ਪੁੱਤ ਨਹੀਂ ਲੱਭਣਾ। ਇਕਲੌਤਾ ਬੇਟਾ ਸੀ? ਹਾਂਜੀ, ਇਕਲੌਤਾ ਬੇਟਾ ਸੀ ਮੇਰਾ। ਕਿੰਨੇ ਸਾਲ ਤੋਂ ਬਾਹਰ ਰਹਿ ਰਹੇ? ਬਾਹਰ ਹੋ ਗਏ 4-5 ਸਾਲ ਹੋ ਗਏ ਗਏ ਨੂੰ। ਬੇਟੇ ਦੀ ਕਿੰਨੀ ਉਮਰ? 23 ਸਾਲ ਉਮਰ ਸੀ। 22 ਸਾਲ ਤੇ ਤੁਸੀਂ ਉਹਦਾ ਵਿਆਹ ਦਾ ਕੁਝ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ? ਨਹੀਂ, ਹਜੇ ਕਰਦੇ ਸੀ, ਉੱਥੇ ਲੱਗੇ ਸੀ ਕੰਮ, ਹਜੇ ਨਹੀਂ ਆਏ, ਹਜੇ ਤਾਂ ਆਉਣੇ ਸੀ ਕੰਮ ਤੋਂ।
ਦੋ ਤਿੰਨ ਸਾਲ ਹੁੰਦਾ ਮੰਮੀ ਮੈਂ ਲਾ ਕੇ ਫੇਰ ਆਉਣਾ ਹਾਂ। ਮੇਰਾ ਪੁੱਤ ਪਤਾ ਨਹੀਂ ਕਦੋਂ ਆਉਣਾ ਵਾ। ਮਨਪ੍ਰੀਤ ਤੁਹਾਡਾ ਬ੍ਰਦਰ ਸੀ? ਹਾਂਜੀ ਮੇਰਾ ਬ੍ਰਦਰ ਸੀਗਾ। ਹਾਂਜੀ ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ? ਕੱਲ੍ਹ ਰਾਤ ਪਤਾ ਲੱਗਾ ਸਾਨੂੰ 11 ਵਜੇ। ਕਿਸ ਤਰ੍ਹਾਂ ਪਤਾ ਲੱਗਾ? ਉਹ ਜਿਹੜੇ ਗਰੰਟੀ ਵਾਲੇ ਸੀਗੇ ਉਹਨਾਂ ਨੇ ਰੱਖਿਆ ਸੀ ਉਹਨੂੰ, ਤਾਂ ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ। ਅਤੇ ਤੁਹਾਡਾ ਭੈਣ ਭਰਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀ? ਵਧੀਆ ਸੀਗਾ, ਮਤਲਬ ਬਹੁਤ ਪਿਆਰ ਕਰਦੇ ਸੀ ਇੱਕ ਦੂਸਰੇ ਨੂੰ, ਅਸੀਂ ਫੋਨ 'ਤੇ ਗੱਲਬਾਤ ਹੁੰਦੀ ਸੀਗੀ। ਕੀ ਕਹਿੰਦੇ ਸੀਗੇ ਤੁਹਾਡੇ ਨਾਲ ਫੋਨ 'ਤੇ ਗੱਲ? ਕੁਛ ਨਹੀਂ, ਠੀਕ ਠਾਕ ਹੀ ਕਹਿੰਦੇ, ਹੋਰ ਕੋਈ ਫਾਲਤੂ ਗੱਲ ਨਹੀਂ ਕਰਦੇ। ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ? ਕਿੰਨਾ ਸਰਕਾਰ ਕਿ ਉਹਦੀ ਡੈੱਡ ਬੋਡੀ ਛੇਤੀ ਛੇਤੀ ਇੱਥੇ ਲਿਆਈ ਜਾਵੇ, ਅਸੀਂ ਉਹਦਾ ਮੂੰਹ ਦੇਖੀਏ ਲਾਸਟ ਵਾਰ, ਅਤੇ ਅੰਤਿਮ ਸੰਸਕਾਰ ਇੱਥੇ ਕੀਤਾ ਜਾਵੇ ਉਹਦਾ। ਇਹ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਹੋ ਗਈ। ਤਿੰਨ ਘਟਨਾਵਾਂ ਇਹ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਹੋ ਗਈਆਂ, ਦੋ ਅਮਰੀਕਾ ਦੇ ਵਿੱਚ ਸੀ, ਇੱਕ ਫਰਾਂਸ ਵਿੱਚ, ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਟਲ ਸ਼ਹਿਰ ਦੇ ਵਿੱਚ ਇਹ ਕਾਕੇ ਦੀ ਮਤਲਬ ਡੈਥ ਹੋ ਗਈ ਹੈ, ਅਤੇ ਬਹੁਤ ਮੰਦਭਾਗੀ। ਪਰਿਵਾਰ ਦੀ ਮਿਲੀ ਜੁਲੀ ਹਾਲਤ ਹੈਗੀ ਆ, ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਹੈਗੇ ਆ, ਆਰਮੀ 'ਚੋਂ ਰਿਟਾਇਰ ਆ, ਅਤੇ ਚਲੋ ਠੀਕ ਠਾਕ ਸੀ। ਚਲੋ ਥੋੜ੍ਹੀ ਬਹੁਤੀ ਉਹਨੇ ਵੀ, ਕਾਕੇ ਨੇ ਵੀ ਬਾਹਰ ਕਮਾਈ ਕੀਤੀ ਹੋਊਗੀ ਥੋੜ੍ਹਾ ਬਹੁਤ, ਪਰ ਹੁਣ ਇਸ ਵੇਲੇ ਚਲੋ ਉਹਨਾਂ ਦੇ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਵੀ ਕੇਂਦਰ ਸਰਕਾਰ ਕੋਲੋਂ ਵੀ ਉਹਨਾਂ ਦਾ ਵਿਦੇਸ਼ ਮੰਤਰਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਉਹ ਚਲੋ ਲਿਆ ਦੇਵੇ, ਕਿਉਂਕਿ ਪਰਿਵਾਰ ਉਹਦੀ ਅੰਤਮ ਕਿਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣ ਆਪਣੇ ਹੱਥੀਂ, ਅਤੇ ਮਤਲਬ ਇਹੋ ਹੀ ਹੁਣ।